ਹੈਲੋ ਸਟੂਡੈਂਟਸ, 10ਵੀਂ ਕਲਾਸ ਦੇ ਸਾਰੇ ਬੱਚਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਸਾਰਿਆਂ ਦਾ ਮੇਰੀ ਕਲਾਸ ਵਿੱਚ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਚੌਥਾ ਲੈਸਨ ਹੈ ਜਿਹੜਾ ਸਾਡਾ ਕੁਆਡਰੈਟਿਕ ਇਕੁਏਸ਼ਨਸ ਦਾ, ਦੋ ਘਾਤੀ ਸਮੀਕਰਨ ਦਾ, ਉਹਦਾ ਐਕਸਰਸਾਈਜ਼ 4.2 ਅਤੇ ਉਹਦਾ ਪਹਿਲਾ ਸਵਾਲ ਕਰਾਂਗੇ। ਇਹਦੇ 5 ਪਾਰਟ ਹੈ, ਠੀਕ ਹੈ। ਕੁਸ਼ਚਨ ਹੈਗਾ, ਗੁਣਨਖੰਡ ਵਿਧੀ ਰਾਹੀਂ ਹੇਠ ਲਿਖੇ ਦੋ ਘਾਤੀ ਸਮੀਕਰਨ ਦੇ ਮੂਲ ਪਤਾ ਕਰੋ। ਫਾਇੰਡ ਦਾ ਰੂਟਸ ਆਫ ਦਾ ਫੋਲੋਇੰਗ ਕੁਆਡਰੈਟਿਕ ਇਕੁਏਸ਼ਨਸ ਬਾਈ ਫੈਕਟਰਾਈਜੇਸ਼ਨ ਮੈਥਡ। ਪਹਿਲਾ ਕੁਸ਼ਚਨ ਹੈਗਾ ਸਾਡਾ, ਐਕਸ ਸਕੇਅਰ ਮਾਈਨਸ 3x ਮਾਈਨਸ 10 ਬਰਾਬਰ 0, ਠੀਕ ਹੈ। ਅਸੀਂ ਇਹਦੀ ਗੁਣਨਖੰਡ ਬਣਾਉਣੇ ਆ, ਫੈਕਟਰਾਈਜ਼ ਕਰਨਾ ਇਹਨੂੰ। ਤਾਂ ਇੱਥੇ ਜਿਹੜਾ ਸਾਡਾ ਮੈਥਡ ਹੁੰਦਾ ਉਹ ਹੁੰਦਾ ਮਿਡ ਟਰਮ ਸਪਲਿਟ ਕਰਨੀ, ਵਿਚਕਾਰ ਵਾਲੀ ਰਕਮ ਹੈ ਜਿਹੜੀ ਇਹਨੂੰ ਅਸੀਂ ਤੋੜਨਾ ਆ, ਠੀਕ ਹੈ। ਤਿੰਨ ਰਕਮਾਂ ਆ, ਪਹਿਲੀ ਐਕਸ ਸਕੇਅਰ ਵਾਲੀ ਹੈ, ਦੂਜੀ ਸਾਡੇ ਕੋਲ ਐਕਸ ਵਾਲੀ ਹੈ, ਤੀਜੀ ਸਾਡੀ ਕੋਂਸਟੈਂਟ ਟਰਮ ਹੈ, ਸਥਿਰ ਸੰਖਿਆ ਹੈਗੀ ਆ, ਠੀਕ ਹੈ। ਅਸੀਂ ਜਿਹੜੀ ਇਹ ਸੈਂਟਰ ਵਾਲੀ ਹੈ ਇਹਨੂੰ ਅਸੀਂ ਇਹਦੇ ਫੈਕਟਰ ਕਰ ਦੇਣੇ ਆ, ਇਹਨੂੰ ਸਪਲਿਟ ਕਰ ਦੇਣਾ, ਠੀਕ ਹੈ। ਇਹਨੂੰ ਸਪਲਿਟ ਕਰਨ ਦਾ ਕੀ ਤਰੀਕਾ ਆ ਕਿ ਜਿਹੜੀ ਸਾਡੀ ਐਕਸ ਸਕੇਅਰ ਵਾਲੀ ਟਰਮ ਹੈਗੀ ਆ ਉਹਦਾ ਕੋਫੀਸ਼ੈਂਟ, ਉਹਦਾ ਗੁਣਾਂਕ ਦੇਖਣਾ ਸੀ ਕਿ ਉਹਦੇ ਨਾਲ ਕਿਹੜਾ ਅੰਕ ਜਿਹੜਾ ਗੁਣਾ ਹੋਇਆ ਆ। ਇੱਥੇ ਕੋਈ ਅੰਕ ਨਹੀਂ ਦਿਖਦਾ, ਇਹਦਾ ਮਤਲਬ ਇੱਥੇ 1 ਹੈ, ਠੀਕ ਹੈ। 1 ਗੁਣਾ ਐਕਸ ਸਕੇਅਰ, ਤਾਂ ਐਕਸ ਸਕੇਅਰ ਹੈਗਾ। ਅਤੇ 1 ਲਾਸਟ ਵਾਲੀ ਹੈ ਜਿਹੜੀ ਇਹ ਵਾਲੀ ਟਰਮ, ਕੋਂਸਟੈਂਟ ਟਰਮ ਜਿਹਨੂੰ ਅਸੀਂ ਸਥਿਰ ਸੰਖਿਆ ਬੋਲਦੇ ਹਾਂ। ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰ ਲੈਣਾ, ਐਕਸ ਨਹੀਂ ਲੈਣਾ ਇੱਥੇ, ਅਸੀਂ ਸਿਰਫ ਅੰਕ ਲੈਣੇ ਆ, ਠੀਕ ਹੈ। 1 ਹੈ ਅਤੇ ਉਹਨੂੰ ਅਸੀਂ ਮਲਟੀਪਲਾਈ ਕਰਨਾ ਮਾਈਨਸ 10 ਨਾਲ, ਮਾਈਨਸ 10 ਹੈ ਅਤੇ ਆਂਸਰ ਸਾਡਾ ਆ ਗਿਆ ਮਾਈਨਸ 10। ਹੁਣ ਸਾਡੇ ਕੋਲ ਇੱਥੇ ਮਾਈਨਸ 3 ਹੈ, ਐਕਸ ਦੇ ਨਾਲ ਕੀ ਹੈ ਮਾਈਨਸ 3। ਅਸੀਂ ਇਸ 10 ਨੂੰ ਇੱਦਾਂ ਦੀਆਂ ਦੋ ਟਰਮ ਦੇ ਵਿੱਚ ਸਪਲਿਟ ਕਰਨਾ ਹੈ ਕਿ ਜੇ ਅਸੀਂ ਉਹਨਾਂ ਨੂੰ ਮਲਟੀਪਲਾਈ ਕਰੀਏ ਤਾਂ ਮਾਈਨਸ 10 ਆਏ, ਜੇ ਉਹਨਾਂ ਨੂੰ ਪਲੱਸ ਜਾਂ ਮਾਈਨਸ ਕਰੀਏ ਤਾਂ ਮਾਈਨਸ 3 ਆਏ। ਇਹਦੇ ਲਈ ਅਸੀਂ ਇਹਦੇ ਪ੍ਰਾਈਮ ਫੈਕਟਰ ਕਰਾਂਗੇ। 10 ਦੇ ਜਿਹੜੇ ਪ੍ਰਾਈਮ ਫੈਕਟਰ 2 ਹੀ ਹੁੰਦੇ ਆ, 5 ਗੁਣਾ 2 10, ਠੀਕ ਹੈ। ਹੁਣ 5 ਅਤੇ 2 ਦਾ ਡਿਫਰੈਂਸ ਵੀ 3 ਹੈ, 5 ਅਤੇ 2 ਦਾ ਡਿਫਰੈਂਸ 3 ਹੈਗਾ ਆ, ਅਤੇ 5 ਨੂੰ 2 ਨਾਲ ਗੁਣਾ ਕਰਾਂਗੇ ਤਾਂ 10 ਆਉਂਦਾ। ਹੁਣ ਡਿਫਰੈਂਸ ਦੇਖਣਾ, ਡਿਫਰੈਂਸ ਸਾਡਾ ਮਾਈਨਸ 3 ਆਉਣਾ ਚਾਹੀਦਾ, ਠੀਕ ਹੈ। ਦੋ ਟਰਮਸ ਹੋ ਗਈਆਂ ਸਾਡੇ ਕੋਲ, ਇਹਨਾਂ ਨੂੰ ਮਲਟੀਪਲਾਈ ਕਰਦੇ ਹਾਂ ਤਾਂ 10 ਆਉਂਦਾ, ਬਟ ਸਾਨੂੰ ਕਿੰਨਾ ਚਾਹੀਦਾ ਮਾਈਨਸ 10, ਹੈ ਨਾ, ਮਾਈਨਸ 10 ਚਾਹੀਦਾ। ਅਤੇ ਅਸੀਂ ਇੱਥੇ ਸਾਨੂੰ ਮਾਈਨਸ 3 ਚਾਹੀਦਾ ਜੇ ਦੋਨਾਂ ਦਾ ਅਸੀਂ ਡਿਫਰੈਂਸ ਕਰੀਏ, ਤਾਂ 5 ਨੂੰ ਅਸੀਂ ਮਾਈਨਸ ਲੈ ਲਵਾਂਗੇ, 2 ਨੂੰ ਅਸੀਂ ਪਲੱਸ ਦੇ ਲਵਾਂਗੇ, ਤਾਂ ਆਂਸਰ ਸਾਡਾ ਮਾਈਨਸ 10 ਆਏਗਾ। ਇਹ ਜਿਹੜੀਆਂ ਦੋ ਟਰਮਸ ਹੈਗੀਆਂ ਇਹਨਾਂ ਨੂੰ, 1 ਨੂੰ ਅਸੀਂ 5x ਲਿਖਾਂਗੇ, 1 ਨੂੰ ਅਸੀਂ 2x ਲਿਖਾਂਗੇ ਇਹਦੀ ਜਗ੍ਹਾ 'ਤੇ, ਠੀਕ ਹੈ। ਹੁਣ ਅਸੀਂ ਅਗਲੀ ਲਾਈਨ 'ਚ ਕੀ ਲਿਖਾਂਗੇ, ਐਕਸ ਸਕੇਅਰ ਮਾਈਨਸ 5x ਪਲੱਸ 2x, ਮਤਲਬ ਇਹ ਜਿਹੜੀ ਮਿਡਲ ਟਰਮ ਹੈਗੀ ਆ ਇਹਨੂੰ ਅਸੀਂ ਸਪਲਿਟ ਕਰ ਦਿੱਤਾ, ਇਹਨੂੰ ਅਸੀਂ ਤੋੜ ਦਿੱਤਾ ਇਹਨਾਂ ਦੋ ਟਰਮਸ ਦੇ ਵਿੱਚ, ਹੈ ਇਹ 3x ਹੀ ਆ, 5x ਦੇ ਵਿੱਚੋਂ 2x ਘਟਾਵਾਂਗੇ ਅਤੇ ਮਾਈਨਸ ਦੇ 3x ਬਚਣੇ ਆ, ਠੀਕ ਹੈ। ਨੈਕਸਟ ਸਾਡੇ ਕੋਲ ਆ ਗਿਆ ਮਾਈਨਸ 10 ਜਾਂ ਮਾਈਨਸ 10 ਬਰਾਬਰ 0 ਦੇ। ਹੁਣ ਇਹ ਸਾਡੇ ਕੋਲ 4 ਰਕਮਾਂ ਹੋ ਗਈਆਂ, 1, 2, 3, 4, ਠੀਕ। 4 ਦੇ ਵਿੱਚੋਂ ਜਿਹੜੀਆਂ ਪਹਿਲੀਆਂ 2 ਲੈ ਲਓ ਅਤੇ ਦੂਸਰੀਆਂ 2 ਲੈ ਲਓ। ਪਹਿਲੀਆਂ 2 ਦੇ ਵਿੱਚ ਦੇਖੋ ਐਕਸ ਕੋਮਨ ਹੈ, ਇੱਥੇ ਵੀ ਐਕਸ ਹੈਗਾ, ਇੱਥੇ ਵੀ ਐਕਸ ਹੈਗਾ, ਐਕਸ ਕੋਮਨ ਕੱਢ ਲਾਂਗੇ। ਅਤੇ ਐਕਸ ਸਕੇਅਰ ਕਿੱਦਾਂ ਬਣਦਾ, ਐਕਸ ਮਲਟੀਪਲਾਈ ਬਾਈ ਐਕਸ ਇਜ਼ ਇਕੁਅਲ ਟੂ ਐਕਸ ਸਕੇਅਰ, ਠੀਕ ਹੈ। ਜਦੋਂ 1 ਐਕਸ ਅਸੀਂ ਕੋਮਨ ਲੈ ਲਿਆ ਤਾਂ ਅੰਦਰ ਸਾਡੇ ਕੋਲ 1 ਐਕਸ ਰਹਿ ਜਾਣਾ, ਠੀਕ ਹੈ। ਐਕਸ ਰਹਿ ਗਿਆ ਮਾਈਨਸ, ਇਹ 5 ਮਲਟੀਪਲਾਈ ਬਾਈ ਐਕਸ ਹੈ ਨਾ,
ਤੇ ਇੱਥੇ 5 ਰਹਿ ਜਾਣੇ ਆ ਐਕਸ ਕਿਉਂਕਿ ਕੋਮਨ ਕੱਢ ਲਿਆ ਸੀ, ਅੱਗੇ ਪਲੱਸ ਹੈ। ਹੁਣ ਜਿਹੜੇ 10 ਹੁੰਦੇ ਆ, 10 ਕਿਹਦੇ ਬਰਾਬਰ ਹੁੰਦੇ ਆ, 5 ਗੁਣਾ 2, ਠੀਕ ਹੈ। ਅਸੀਂ ਇੱਥੇ ਵੀ 2 ਹੈਗਾ, ਇੱਥੇ ਵੀ 2 ਹੈਗਾ, ਤਾਂ 2 ਕੋਮਨ ਲੈ ਲਾਂਗੇ। ਇੱਥੇ ਆ ਗਿਆ ਐਕਸ ਮਾਈਨਸ 5 ਬਰਾਬਰ 0 ਦੇ। ਇੱਥੇ ਇਹ ਧਿਆਨ ਰੱਖਣਾ, ਜਦੋਂ ਤੁਸੀਂ ਕੋਮਨ ਲੈਂਦੇ ਆ ਤਾਂ ਇਹ ਵਾਲੀ ਜਿਹੜੀ ਬ੍ਰੈਕਟ ਹੈ, ਜੋ ਕੁਝ ਸਾਡੇ ਕੋਲ ਇੱਥੇ ਬਚਿਆ ਉਹੀ ਸੇਮ ਹੀ ਇੱਥੇ ਹੋਣਾ ਚਾਹੀਦਾ, ਠੀਕ ਹੈ। ਹੁਣ ਸਾਡੇ ਕੋਲ 2 ਟਰਮਾਂ ਹੋ ਗਈਆਂ, 2 ਰਕਮਾਂ ਹੋ ਗਈਆਂ। ਇੱਕ ਇਹ ਰਕਮ ਹੈ, ਉਹਦੇ ਵਿੱਚ ਇਹ ਵਾਲੀ ਪਲੱਸ ਹੋਈ ਆ, ਠੀਕ ਹੈ। ਇਹਨਾਂ ਦੋਨਾਂ ਦੇ ਵਿੱਚ ਕੋਮਨ ਹੈਗਾ ਐਕਸ ਮਾਈਨਸ 5, ਤਾਂ ਅਸੀਂ ਐਕਸ ਮਾਈਨਸ 5 ਨੂੰ ਕੋਮਨ ਕੱਢ ਲੈਂਦੇ, ਸਾਂਝਾ ਕੱਢ ਲੈਂਦੇ ਹਾਂ, ਸਾਂਝਾ ਹੈ ਦੋਨਾਂ ਦਾ। ਇੱਥੇ ਬਚ ਗਿਆ ਸਾਡੇ ਕੋਲ ਐਕਸ, ਅੱਗੇ ਪਲੱਸ ਹੈ, ਇਹ ਕਿਉਂਕਿ ਕੋਮਨ ਕੱਢ ਲਿਆ, ਇੱਥੇ ਰਹਿ ਗਿਆ 2 ਬਰਾਬਰ ਹੋ ਗਿਆ 0 ਦੇ। ਹੁਣ ਇਹ ਸਾਡੇ ਕੋਲ 2 ਰਕਮਾਂ ਆ ਗਈਆਂ, ਇਹਨਾਂ ਦੀ ਜਿਹੜੀ ਗੁਣਾ ਆ ਐਕਸ ਮਾਈਨਸ 5 ਮਲਟੀਪਲਾਈ ਬਾਈ ਐਕਸ ਜਮ੍ਹਾਂ 2, ਠੀਕ ਹੈ। ਅਤੇ ਇਹਨਾਂ ਦੀ ਜਿਹੜੀ ਗੁਣਾ ਇਹ ਬਰਾਬਰ ਆਉਂਦੀ ਆ 0 ਦੇ। 0 ਦੇ ਬਰਾਬਰ ਕਦੋਂ ਆਉਂਦੀ ਹੈ ਗੁਣਾ? ਜੇ ਅਸੀਂ ਲਈਏ 2 ਗੁਣਾ 3 ਤਾਂ ਇਹ 6 ਹੋ ਜਾਂਦੇ। ਕੋਈ ਵੀ ਅਸੀਂ ਰਕਮਾਂ ਦੀ ਗੁਣਾ ਕਰੀਏ ਤਾਂ 0 ਨਹੀਂ ਆਉਂਦੀ। 0 ਕਦੋਂ ਆਉਂਦੀ ਹੈ? ਜੇ ਜਾਂ ਤਾਂ ਇਹ 0 ਹੋਏ, 3 ਗੁਣਾ 0 0 ਹੋ ਜਾਏਗਾ, ਜਾਂ 2 ਗੁਣਾ 0 0 ਹੋਏਗਾ, ਜਾਂ 0 ਗੁਣਾ 0 0 ਹੋਏਗਾ, ਠੀਕ ਹੈ ਨਾ। ਮਤਲਬ ਇਹਨਾਂ 'ਚੋਂ ਇੱਕ ਰਕਮ 0 ਆ, ਤਾਂ ਹੀ ਇਹ ਆਂਸਰ ਸਾਡਾ 0 ਆਉਣ ਡਿਆ ਇੱਥੇ। ਇਸ ਕਰਕੇ ਅਸੀਂ ਇਹਨੂੰ ਵੀ 0 ਮੰਨਣਾ, ਇਹਨੂੰ ਵੀ 0 ਮੰਨਣਾ, ਠੀਕ ਹੈ। ਐਕਸ ਮਾਈਨਸ 5 ਬਰਾਬਰ 0, ਐਕਸ ਪਲੱਸ 2 ਬਰਾਬਰ 0 ਦੇ। ਐਕਸ ਕਿਹਦੇ ਬਰਾਬਰ ਆ ਜਾਏਗਾ? 5 ਜਿਹੜਾ ਬਰਾਬਰ ਦੇ ਇੱਧਰ ਜਾਏਗਾ ਤਾਂ ਇਹ ਪਲੱਸ ਦਾ ਹੋ ਜਾਏਗਾ। ਐਕਸ ਬਰਾਬਰ ਇਹ 2 ਇੱਧਰ ਜਾ ਕੇ ਮਾਈਨਸ ਦੇ ਹੋ ਜਾਣਗੇ। ਐਕਸ ਦੀਆਂ ਵੈਲਿਊਜ਼ ਕੀ ਆ ਗਈਆਂ? 5 ਅਤੇ ਮਾਈਨਸ 2, ਜਿਹੜੇ ਅਸੀਂ ਇਹਦੇ ਮੂਲ ਪਤਾ ਕਰਨੇ ਸੀ। 2 ਘਾਤੀ ਸਮੀਕਰਨ ਦੇ 2 ਹੀ ਮੂਲ ਹੋਣੇ ਸੀ। ਕਿਹੜੇ ਕਿਹੜੇ ਆ ਗਏ? 1 5 ਅਤੇ ਮਾਈਨਸ 2, ਠੀਕ ਹੈ। ਹੁਣ ਇਹ ਮੈਂ ਡਿਟੇਲ ਸਮਝਾ ਦਿੱਤਾ ਸਵਾਲ, ਨੈਕਸਟ ਅਸੀਂ ਕਰਾਂਗੇ ਨਾਲ ਨਾਲ ਸਮਝਣਾ ਉਹਨਾਂ ਨੂੰ ਧਿਆਨ ਨਾਲ, ਠੀਕ। ਦੂਸਰਾ ਪਾਰਟ ਹੈ 2x² ਪਲੱਸ ਐਕਸ ਮਾਈਨਸ 6 ਬਰਾਬਰ 0। ਹੁਣ ਅਸੀਂ ਕੀ ਕਰਨਾ? ਪਹਿਲੀ ਰਕਮ ਦੇ ਨਾਲ ਐਕਸ ਸਕੇਅਰ ਵਾਲੀ ਦੇ ਨਾਲ ਜਿਹੜਾ ਜਿਹੜਾ ਕੋਫੀਸ਼ੀਐਂਟ ਹੈ, ਜਿਹੜਾ ਗੁਣਾਂਕ ਹੈ ਉਹਨੂੰ, ਅਤੇ ਲਾਸਟ ਵਾਲੀ ਨੂੰ ਗੁਣਾ ਕਰਨਾ ਰਫ ਕੰਮ 'ਚ। ਇਹ 2 ਗੁਣਾ ਮਾਈਨਸ 6, ਇਹ ਹੋ ਗਿਆ ਮਾਈਨਸ 12। ਹੁਣ ਮਾਈਨਸ 12 ਦੇ ਅਸੀਂ ਅਭਾਜ ਗੁਣਨਖੰਡ ਬਣਾ ਲਈਏ। 2 ਛਿਕੇ 12, 2 3 6 ਅਤੇ 3 1 3 ਕੀ ਬਣ ਗਏ? 2 ਗੁਣਾ 2 ਗੁਣਾ 3। 1 ਨੂੰ ਕਿਸੇ ਨੂੰ ਅਸੀਂ ਮਾਈਨਸ ਲੈਣਾ, ਉਹ ਬਾਅਦ 'ਚ ਦੇਖਦੇ ਹਾਂ। ਇਹ ਬਰਾਬਰ 12 ਆ ਗਿਆ ਸਾਡੇ ਕੋਲ, ਠੀਕ ਹੈ। ਹੁਣ ਇਹ ਦੇਖੋ, ਅਸੀਂ ਇਹਨਾਂ ਨੂੰ ਇੱਦਾਂ, ਇਹਨਾਂ ਦਾ ਕੰਬੀਨੇਸ਼ਨ ਬਣਾਉਣਾ, ਇਹ ਜਿਹੜੇ ਸਾਡੇ ਕੋਲ ਅਭਾਜ ਗੁਣਨਖੰਡ ਹੈ, ਕਿ ਜੇ ਅਸੀਂ ਇਹਨਾਂ ਨੂੰ ਮਲਟੀਪਲਾਈ ਕਰੀਏ ਤਾਂ ਸਾਡੇ ਕੋਲ 12 ਆਵੇ, ਜੇ ਅਸੀਂ ਇਹਨਾਂ ਨੂੰ ਪਲੱਸ ਜਾਂ ਮਾਈਨਸ ਕਰੀਏ, ਜਾਂ ਪਲੱਸ ਕਰ ਲਈਏ ਜਾਂ ਮਾਈਨਸ ਕਰੀਏ, ਤਾਂ ਸਾਡੇ ਕੋਲ 1 ਆਏ, ਕਿਉਂਕਿ ਐਕਸ ਆ ਇਕੱਲਾ, ਹੈ ਨਾ। ਹੁਣ ਇਹ 2 ਦੁਣੀ 4 ਹੋ ਗਏ, 4 ਗੁਣਾ 3 12 ਹੋ ਗਏ। 4 ਅਤੇ 3 ਦਾ ਡਿਫਰੈਂਸ 1 ਹੁੰਦਾ ਨਾ। ਹੁਣ ਕਿਉਂਕਿ ਸਾਨੂੰ ਪਲੱਸ ਦਾ ਚਾਹੀਦਾ 1, ਇਸ ਕਰਕੇ 4 ਨੂੰ ਪਲੱਸ ਦਾ ਰੱਖਾਂਗੇ, 3 ਨੂੰ ਅਸੀਂ ਮਾਈਨਸ ਦਾ ਰੱਖਾਂਗੇ, ਅਤੇ ਮਾਈਨਸ 12, ਠੀਕ ਹੈ, ਹੋ ਗਿਆ। ਹੁਣ ਅਸੀਂ 1 ਲਵਾਂਗੇ 4x, ਅਤੇ 1 ਲਵਾਂਗੇ ਮਾਈਨਸ 3x। ਇੱਥੇ ਜਿਹੜਾ ਇਹਨੂੰ ਸਪਲਿਟ ਕਰਨਾ ਸੀ ਐਕਸ ਨੂੰ, ਇਹਦੀ ਜਗ੍ਹਾ 'ਤੇ ਅਸੀਂ ਇਹ 2 ਟਰਮਸ ਲਿਖਾਂਗੇ, ਠੀਕ ਹੈ। 2x² ਪਲੱਸ 4x ਮਾਈਨਸ 3x ਮਾਈਨਸ 6 ਬਰਾਬਰ 0 ਦੇ। ਹੁਣ ਇਹ ਪਹਿਲੀਆਂ 2 ਟਰਮ ਜਿਹੜੀਆਂ, ਇਹਨਾਂ 'ਚ 2 ਅਤੇ 2,
ਕਿਉਂਕਿ 4 ਵੀ ਕਿਹਦੇ ਬਰਾਬਰ ਹੁੰਦੇ ਆ 2 ਗੁਣਾ 2 ਦੇ। ਠੀਕ ਹੈ, ਅਸੀਂ 2 ਕੋਮਨ ਲੈ ਲਾਂਗੇ, ਐਕਸ ਹੁਣ ਇਹਦੇ ਕੋਲ ਵੀ ਹੈਗਾ ਇਹਦੇ ਕੋਲ ਵੀ ਹੈਗਾ, ਤਾਂ ਇੱਕ ਐਕਸ ਕੋਮਨ ਲੈ ਲਾਂਗੇ, 2 ਵੀ ਕੋਮਨ ਆ ਗਏ, ਇੱਕ ਐਕਸ ਨਿਕਲ ਗਿਆ ਅਤੇ ਇੱਥੇ ਇੱਕ ਐਕਸ ਰਹਿ ਗਿਆ ਪਲੱਸ। ਹੁਣ ਇੱਥੋਂ 2 ਨਿਕਲਣੇ ਆ, 2 ਦੂਣੀ 4 ਹੁੰਦੇ ਆ, 2 ਬਾਹਰ ਆ ਗਏ 2 ਅੰਦਰ ਰਹਿ ਗਏ, ਐਕਸ ਬਾਹਰ ਚਲਾ ਗਿਆ ਅਤੇ ਇੱਥੇ ਐਕਸ ਨਹੀਂ ਆਇਆ। ਹੁਣ ਇੱਥੇ ਦੇਖੋ 3, 6 ਕਿਹਦੇ ਬਰਾਬਰ ਹੁੰਦੇ ਆ 2 ਗੁਣਾ 3। ਠੀਕ ਹੈ, 3 ਇਹਦਾ ਮਤਲਬ ਇਹਦੇ ਕੋਲ ਵੀ ਹੈਗੇ ਆ ਅਤੇ ਇਹਦੇ ਕੋਲ ਵੀ ਹੈਗੇ ਆ, ਅਤੇ ਮਾਈਨਸ ਬਾਹਰ ਆ ਜਾਣਾ ਇੱਕ ਤਾਂ, ਕਿਉਂਕਿ ਮਾਈਨਸ ਲੱਗਾ 3 ਦੇ ਨਾਲ, ਬ੍ਰੈਕਟ ਪਾਵਾਂਗੇ ਕਿਉਂਕਿ ਮਾਈਨਸ ਬਾਹਰ ਆ ਗਈ ਆ, ਇਸ ਮਾਈਨਸ ਨੇ ਇਹਨੂੰ ਚੇਂਜ ਕਰਨਾ, ਜਿਸ ਲਈ ਇਹ 'ਤੇ ਇਫੈਕਟ ਕਰਨਾ ਉਹਨੇ। 3 ਬਾਹਰ ਆ ਗਏ ਅਤੇ ਇੱਥੇ ਰਹਿ ਗਿਆ ਐਕਸ, ਇਹ ਮਾਈਨਸ ਕਿਉਂਕਿ ਬਾਹਰ ਆ ਅਤੇ ਇਹਨੇ ਇੱਥੇ ਹੋ ਜਾਣਾ ਪਲੱਸ, 3 ਦੂਣੀ 6 ਬਰਾਬਰ 0 ਦੇ। ਹੁਣ ਸਾਡੇ ਕੋਲ ਕੀ ਕੋਮਨ ਆ ਗਿਆ, ਐਕਸ ਪਲੱਸ 2। ਠੀਕ ਹੈ, ਐਕਸ ਪਲੱਸ 2 ਕੋਮਨ ਆ ਗਿਆ, ਅਤੇ ਅੰਦਰ ਕੀ ਰਹਿ ਗਿਆ ਇੱਥੇ ਸਾਡੇ ਕੋਲ, 2 ਐਕਸ ਮਾਈਨਸ 3 ਬਰਾਬਰ 0 ਦੇ। ਠੀਕ ਹੈ, ਹੁਣ ਐਕਸ ਪਲੱਸ 2 ਬਰਾਬਰ 0 ਜਾਂ 2 ਐਕਸ ਮਾਈਨਸ 3 ਬਰਾਬਰ 0 ਦੇ, ਐਕਸ ਬਰਾਬਰ ਕਿਹਦੇ ਆਏਗਾ, 2 ਇੱਧਰ ਆ ਕੇ ਮਾਈਨਸ ਦੇ ਹੋ ਜਾਣੇ ਆ, 2 ਐਕਸ ਬਰਾਬਰ 3 ਇੱਧਰ ਆ ਕੇ ਪਲੱਸ ਦੇ ਹੋ ਗਏ, ਕਿਉਂਕਿ ਅਸੀਂ ਐਕਸ ਦੀ ਵੈਲਿਊ ਪਤਾ ਕਰਨੀ ਹੈ, 2 ਇੱਧਰ ਗੁਣਾ ਹੋਏ ਦੂਜੇ ਪਾਸੇ ਜਾ ਕੇ ਇਹ ਡਿਵਾਈਡ ਕਰਨਗੇ 3/2। ਠੀਕ ਹੈ, ਐਕਸ ਦੀਆਂ 2 ਵੈਲਿਊਜ਼ ਆ ਗਈਆਂ, 2 ਰੂਟ ਆ ਗਏ ਸਾਡੇ, ਇੱਕ ਮਾਈਨਸ 2 ਹੈ ਅਤੇ ਦੂਸਰਾ 3/2। ਠੀਕ ਹੈ, ਹੁਣ ਅਸੀਂ ਕਰਾਂਗੇ ਤੀਸਰਾ ਪਾਰਟ। ਹਾਂਜੀ, ਹੁਣ ਇਹਦਾ ਸਵਾਲ ਹੈ, ਇਹਦੇ ਵਿੱਚ ਅੰਡਰ ਰੂਟ ਦੇਖ ਕੇ ਕਈ ਵਾਰੀ ਬੱਚੇ ਡਰ ਹੀ ਜਾਂਦੇ ਆ, ਪਰ ਪ੍ਰੋਸੀਜਰ ਅਸੀਂ ਜਿਸ ਲਈ ਉਸ ਪ੍ਰੋਸੀਜਰ ਨੂੰ ਉਸੇ ਤਰ੍ਹਾਂ ਕਰਾਂਗੇ ਤਾਂ ਇਹ ਸਵਾਲ ਵੀ ਸੌਖਾ ਹੋ ਜਾਣਾ। ਮਤਲਬ ਕਿ ਅਸੀਂ ਜਿਹੜਾ ਐਕਸ ਸਕੇਅਰ ਦਾ ਗੁਣਾਂਕ ਹੈ ਉਹਨੂੰ ਲੈ ਲਓ, ਅੰਡਰ ਰੂਟ 2 ਹੈ, ਉਹਨੂੰ ਗੁਣਾ ਕਰਨੀ ਹੈ ਜਿਹੜੀ ਸਾਡੀ ਸਥਿਰ ਸੰਖਿਆ ਕੋਂਸਟੈਂਟ ਟਰਮ ਹੈ 5 ਅੰਡਰ ਰੂਟ 2 ਨਾਲ। ਹੁਣ 5 ਤਾਂ 5 ਹੀ ਰਹਿਣੇ ਆ, ਅੰਡਰ ਰੂਟ 2 ਅਤੇ ਅੰਡਰ ਰੂਟ 2 ਦੀ ਗੁਣਾ ਜਿਹੜੀ ਆ ਉਹ ਹੁੰਦੀ ਹੈ 2। ਠੀਕ ਹੈ ਨਾ, ਅਤੇ ਇਹ ਹੋ ਗਿਆ ਸਾਡੇ ਕੋਲ 10, ਕਿਉਂਕਿ ਇੱਥੇ ਪਲੱਸ ਹੈ, ਮਾਈਨਸ ਦਾ ਇੱਥੇ ਸਵਾਲ ਹੀ ਨਹੀਂ ਹੈਗਾ। ਹੁਣ ਇੱਥੋਂ ਹੀ ਸਾਨੂੰ ਦਿਖਦਾ ਪਿਆ, ਇੱਥੇ ਬਹੁਤ ਦੂਰ ਜਾਣਾ ਨਹੀਂ ਪੈਣਾ ਸਾਨੂੰ, 5 ਅਤੇ 2 7, ਇੱਥੇ ਵੀ ਸਾਨੂੰ 7 ਚਾਹੀਦੇ ਆ, ਇਹਨਾਂ ਨੂੰ ਪਲੱਸ ਕਰ ਲਾਂਗੇ ਅਸੀਂ, ਇੱਕ 5 ਐਕਸ ਲੈ ਲਾਂਗੇ, ਇੱਕ 2 ਐਕਸ ਲੈ ਲਾਂਗੇ। ਠੀਕ ਹੈ, ਗੁਣਾ ਕਰਕੇ ਵੀ 10 ਆਉਂਦੇ ਪਏ। ਹੁਣ ਇੱਥੇ ਆ ਜਾਈਏ ਮੁੜ ਕੇ, ਅੰਡਰ ਰੂਟ 2 ਐਕਸ ਸਕੇਅਰ ਪਲੱਸ 5 ਐਕਸ ਪਲੱਸ 2 ਐਕਸ। ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਨੂੰ ਜਾਂ ਪਲੱਸ ਕਰ ਲਈਏ ਜਾਂ ਇਹਨਾਂ ਦਾ ਅੰਤਰ ਕਰ ਲਈਏ ਤਾਂ ਸਾਡੇ ਕੋਲ ਵਿਚਕਾਰ ਵਾਲੀ ਟਰਮ ਆਉਣੀ ਚਾਹੀਦੀ ਹੈ। ਠੀਕ ਹੈ, ਹੁਣ ਇੱਥੇ ਪਲੱਸ ਕਰਕੇ ਆਉਂਦੀ ਪਈ, ਅਸੀਂ ਦੋਨੇ ਪਲੱਸ ਕਰ ਲਏ, ਲਾਸਟ ਟਰਮ ਸਾਡੀ 5 ਅੰਡਰ ਰੂਟ 2 ਬਰਾਬਰ 0 ਦੇ। ਠੀਕ ਹੈ, ਹੁਣ ਇਹ ਪਹਿਲੀਆਂ 2 ਟਰਮ ਜਿਹੜੀਆਂ ਇਹਨਾਂ 'ਚ ਕੀ ਕੋਮਨ ਹੈਗਾ, ਐਕਸ। ਠੀਕ ਹੈ, ਐਕਸ ਕੋਮਨ ਹੈ, ਅੰਡਰ ਰੂਟ 2 ਐਕਸ ਰਹਿ ਗਿਆ ਪਲੱਸ 5 ਰਹਿ ਗਏ। ਠੀਕ ਹੈ, ਇੱਥੋਂ ਐਕਸ ਬਾਹਰ ਆ ਗਿਆ, ਅੱਗੇ ਪਲੱਸ ਦੇਖੋ, ਇੱਥੇ ਹੁਣ ਕੀ ਕੋਮਨ ਹੈ। ਠੀਕ ਹੈ ਨਾ, ਇੱਥੇ ਕੀ ਕੋਮਨ ਆਏਗਾ ਇਹ ਦੇਖਣਾ, ਇੱਥੇ 2 ਹੈ ਨਾ, 2 ਕਿੱਦਾਂ ਆਉਣਗੇ, ਕਿਉਂਕਿ ਇੱਥੇ ਅੰਡਰ ਰੂਟ 2 ਆ, ਸਾਨੂੰ ਇੱਦਾਂ ਦਾ ਚਾਹੀਦਾ ਹੈ ਨਾ। ਜਿਹੜੇ 2 ਹੁੰਦੇ ਆ ਨਾ, 2 ਨੂੰ ਅਸੀਂ ਇੱਦਾਂ ਲਿਖ ਸਕਦੇ ਹਾਂ, ਅੰਡਰ ਰੂਟ 2 ਗੁਣਾ ਅੰਡਰ ਰੂਟ 2। ਅੰਡਰ ਰੂਟ 2 ਨੂੰ ਅੰਡਰ ਰੂਟ 2 ਨਾਲ ਗੁਣਾ ਕਰ ਦਈਏ ਤਾਂ ਸਾਡਾ ਆਂਸਰ 2 ਆਉਂਦਾ ਆ। ਇਹਦਾ ਮਤਲਬ ਜੇ ਅਸੀਂ ਇੱਥੋਂ ਅੰਡਰ ਰੂਟ 2 ਕੋਮਨ ਕੱਢ ਲਾਂਗੇ ਤਾਂ ਇੱਥੇ ਅੰਡਰ ਰੂਟ 2 ਬਚ ਜਾਣੇ ਆ, ਇਹਦੇ ਕੋਲ ਵੀ ਅੰਡਰ ਰੂਟ 2 ਹੈਗੇ ਆ, ਤਾਂ ਅਸੀਂ ਕੋਮਨ ਕੀ ਕੱਢਾਂਗੇ, ਅੰਡਰ ਰੂਟ 2। ਇੱਥੇ ਬਚਿਆ ਸਾਡੇ ਕੋਲ ਅੰਡਰ ਰੂਟ 2 ਐਕਸ ਪਲੱਸ, ਇਹ ਅੰਡਰ ਰੂਟ 2 ਬਾਹਰ ਆ ਗਏ ਪਲੱਸ 5, ਇਹ ਦੇਖੋ ਸੇਮ ਹੋ ਗਈਆਂ ਨਾ ਬਰਾਬਰ
0 ਦੇ। ਹੁਣ ਇੱਥੇ ਸਾਡੇ ਕੋਲ ਕੋਮਨ ਕੀ ਆਏਗਾ, ਅੰਡਰੂਟ 2x ਪਲੱਸ 5, ਇੱਥੇ ਕੀ ਰਹਿ ਗਿਆ x ਪਲੱਸ ਅੰਡਰੂਟ 2 ਬਰਾਬਰ 0 ਦੇ। ਹੁਣ ਅਸੀਂ ਲਿਖਾਂਗੇ ਅੰਡਰੂਟ 2x ਪਲੱਸ 5 ਬਰਾਬਰ 0 ਜਾਂ x ਪਲੱਸ ਅੰਡਰੂਟ 2 ਬਰਾਬਰ 0। ਇਹ ਸਾਡੇ ਕੋਲ ਆ ਗਿਆ ਅੰਡਰੂਟ 2x ਬਰਾਬਰ ਮਾਈਨਸ 5 ਦੇ ਆਣਗੇ, x ਬਰਾਬਰ ਮਾਈਨਸ ਅੰਡਰੂਟ 2, ਠੀਕ ਹੈ। x ਕਿਹਦੇ ਬਰਾਬਰ ਆ ਗਿਆ, ਮਾਈਨਸ 5 ਬਟੇ ਦੇ ਵਿੱਚ ਅੰਡਰੂਟ 2, ਇੱਧਰੋਂ ਵੀ x ਆ ਕਿਹਦੇ ਬਰਾਬਰ ਆ, ਮਾਈਨਸ ਅੰਡਰੂਟ 2। ਸੋ ਇਹ ਸਾਡੇ ਦੋ ਰੂਟ ਆ ਗਏ, ਠੀਕ। ਇੱਕ ਆ ਗਿਆ x ਬਰਾਬਰ ਮਾਈਨਸ 5 ਬਟਾ ਅੰਡਰੂਟ 2, ਦੂਜਾ ਆ ਗਿਆ x ਬਰਾਬਰ ਮਾਈਨਸ ਅੰਡਰੂਟ 2, ਠੀਕ ਹੈ। ਹੁਣ ਅਸੀਂ ਕਰਦੇ ਹਾਂ ਫੋਰਥ ਪਾਰਟ। ਦੇਖੋ ਇਹਦੇ ਵਿੱਚ ਇੱਥੇ ਬਟੇ 1 ਵਟਾ 8 ਆ ਗਿਆ। ਜਦੋਂ ਵੀ ਕਿਤੇ ਵੀ ਕੋਈ ਸਮੀਕਰਨ ਹੋਵੇ ਨਾ, ਸਾਨੂੰ ਕਿਉਂਕਿ ਇਕੁਏਸ਼ਨ ਹੈ ਦੂਜੇ ਪਾਸੇ 0 ਹੈ, ਅਸੀਂ ਇਹਨੂੰ ਸਾਰੀ ਨੂੰ 8 ਨਾਲ ਗੁਣਾ ਕਰ ਦੇਣੀ, ਠੀਕ ਹੈ। ਜਦੋਂ ਇਹਨੂੰ 8 ਨਾਲ ਗੁਣਾ ਕਰਾਂਗੇ ਤਾਂ 8 ਜਿਹੜੇ ਆਪਣੇ ਆਪ ਕੈਂਸਲ ਹੋ ਜਾਣੇ, ਇੱਧਰ 8 ਨਾਲ ਗੁਣਾ ਹੋਣੀ ਹੈ ਅਤੇ ਇਹਨੇ 0 ਹੋ ਜਾਣਾ, ਠੀਕ ਹੈ। ਇੱਥੇ ਆਉਣਾ, ਲਿਖਾਂਗੇ ਅਸੀਂ ਮਲਟੀਪਲਾਈਂਗ ਬੋਥ ਸਾਈਡ ਬਾਏ 8, ਠੀਕ ਹੈ। ਦੋਵੇਂ ਪਾਸੇ 8 ਨਾਲ ਗੁਣਾ ਕਰਨ 'ਤੇ ਕੀ ਹੋਏਗਾ, 8 ਦੂਣੀ 16 ਹੋ ਜਾਣੇ, ਮਾਈਨਸ ਇੱਥੇ 8 ਏਕਮ 8 ਹੋ ਜਾਣੇ ਆ, ਠੀਕ। ਇੱਥੇ ਪਲੱਸ, ਇਹ ਦੇਖੋ ਇੱਥੇ ਮੈਂ ਗੁਣਾ ਕਰ ਦਿੰਦੀ, 8 ਗੁਣਾ 1 ਵਟਾ 8 ਹੈ ਨਾ, ਇਹ 8 ਨਾਲ 8 ਕੈਂਸਲ ਹੋ ਜਾਣੇ ਆ, ਇੱਥੇ ਆਉਣੀ ਆ 0 ਗੁਣਾ 8, ਠੀਕ ਹੈ। ਹੁਣ ਇੱਥੇ ਸਾਡੇ ਕੋਲ ਆ ਗਿਆ 16 ਐਕਸ ਸਕੇਅਰ, ਕਿਉਂਕਿ 8 ਨੂੰ ਦੇਖੋ 2 ਨਾਲ ਗੁਣਾ ਕੀਤੀ, 8 ਦੂਣੀ 16, ਇੱਥੇ 1 ਸੀਗਾ ਤਾਂ 8 ਏਕਮ 8 ਹੋ ਗਿਆ। ਇੱਥੇ ਮੈਂ ਤੁਹਾਨੂੰ ਗੁਣਾ ਕਰਕੇ ਦੱਸ ਦਿੱਤੀ ਹੈ, ਇੱਥੇ 0 ਨਾਲ ਹੋਈ ਹੈ ਗੁਣਾ ਤਾਂ 0 ਹੋ ਜਾਣਾ ਇਹਨੇ, ਮਾਈਨਸ 8 ਐਕਸ ਪਲੱਸ 1 ਬਰਾਬਰ 0 ਦੇ। ਹੁਣ ਸਾਡੇ ਕੋਲ ਇਹ ਇਕੁਏਸ਼ਨ ਬਣ ਗਈ, ਇਹਨੂੰ ਸੋਲਵ ਕਰਨਾ, ਇਹਦਾ ਕੋਫੀਸ਼ੀਐਂਟ 16 ਆ, ਇੱਥੇ 1 ਆ, 16 ਏਕਮ 16, ਠੀਕ ਹੈ। ਇਹਦੇ ਭਾਜ ਗੁਣਨਖੰਡ 2 ਦੂਣੀ 4 ਦੂਣੀ 8 ਦੂਣੀ 16, ਠੀਕ ਹੈ। ਹੁਣ ਅਸੀਂ ਇਹਨੂੰ ਇੱਦਾਂ ਕਰਨਾ ਕਿ ਅਸੀਂ ਪਲੱਸ ਕਰੀਏ ਜਾਂ ਮਾਈਨਸ ਕਰੀਏ, ਤਾਂ ਮਾਈਨਸ 8 ਆਵੇ, ਠੀਕ ਹੈ, ਅਤੇ ਜੇ ਗੁਣਾ ਕਰੀਏ ਤਾਂ 16 ਆਏ। ਦੋ ਇੱਥੇ ਅੰਕ ਬਣਾਉਣੇ, 4 4 ਬਣਾ ਲਈਏ, 4 ਗੁਣਾ 4, ਠੀਕ ਹੈ, 4 ਚੌਕੇ 16, ਮਾਈਨਸ 8, ਮਾਈਨਸ ਸਾਨੂੰ 8 ਚਾਹੀਦੇ ਆ, ਇਸ ਕਰਕੇ ਮਾਈਨਸ ਦੇ 4 ਲੈ ਲਓ, ਇਹ ਵੀ ਮਾਈਨਸ ਦੇ ਹੀ 4 ਲੈ ਲਓ, ਮਾਈਨਸ ਮਾਈਨਸ ਪਲੱਸ ਹੋ ਕੇ ਮਲਟੀਪਲੀਕੇਸ਼ਨ 16 ਹੀ ਆ ਜਾਣੀ, ਠੀਕ ਹੈ ਨਾ। ਇੱਕ ਮਾਈਨਸ 4 ਐਕਸ, ਦੂਜਾ ਵੀ ਮਾਈਨਸ 4 ਐਕਸ, ਇਹ ਹੋ ਗਿਆ 16 ਐਕਸ ਸਕੇਅਰ, ਮਾਈਨਸ 4 ਐਕਸ ਮਾਈਨਸ 4 ਐਕਸ ਪਲੱਸ 1 ਬਰਾਬਰ 0 ਦੇ। ਹੁਣ ਦੇਖੋ ਮਾਈਨਸ 4 ਅਤੇ ਮਾਈਨਸ 4, ਮਾਈਨਸ 8 ਹੋ ਗਏ ਨਾ, ਇਹ ਮਾਈਨਸ 8 ਨੂੰ ਹੀ ਅਸੀਂ ਸਪਲਿਟ ਕੀਤਾ, ਇੱਥੇ ਪਲੱਸ 1 ਇਹ ਆ ਗਿਆ। ਹੁਣ ਇਹਨਾਂ ਦੋਵਾਂ ਦੇ ਵਿੱਚੋਂ ਕੀ ਕੋਮਨ ਆਏਗਾ, 4 ਐਕਸ, ਠੀਕ ਹੈ। ਇਹ 4 ਚੌਕੇ 16, ਐਕਸ ਰਹਿ ਗਿਆ ਮਾਈਨਸ, 4 ਬਾਹਰ ਆ ਗਿਆ, ਐਕਸ ਵੀ ਬਾਹਰ ਆ ਗਿਆ, ਇੱਥੇ ਰਹਿ ਗਿਆ 1, ਠੀਕ ਹੈ, ਮਾਈਨਸ। ਇੱਥੋਂ ਕੁਛ ਵੀ ਕੋਮਨ ਨਹੀਂ ਨਾ ਦਿਖਦਾ ਤੁਹਾਨੂੰ, ਜਿੱਥੇ ਕੁਛ ਵੀ ਨਾ ਕੋਮਨ ਦਿਖੇ ਉੱਥੇ 1 ਹੁੰਦਾ, ਮਾਈਨਸ ਕਿਉਂਕਿ ਬਾਹਰ ਆ ਗਿਆ, ਇਸ ਕਰਕੇ ਇੱਥੇ ਸਾਡਾ ਬਚਿਆ 4 ਐਕਸ, ਅਤੇ ਇਹ ਪਲੱਸ ਜਿਹੜੀ ਹੈ ਇਹ ਮਾਈਨਸ ਹੋ ਜਾਣੀ ਹੈ,
ਮਾਈਨਸ ਇੱਕ ਬਰਾਬਰ ਜ਼ੀਰੋ। ਇਹਨਾਂ ਦੋਨਾਂ 'ਚ ਤੁਹਾਨੂੰ ਕੁਛ ਵੀ ਕੋਮਨ ਨਹੀਂ ਦਿਖਦਾ ਸੀ, ਜਿੱਥੇ ਕੁਛ ਕੋਮਨ ਨਾ ਹੋਵੇ ਉੱਥੇ ਅਸੀਂ ਇੱਕ ਵਾਰ ਲੈ ਲੈਣਾ, ਠੀਕ ਹੈ। ਹੁਣ ਦੇਖੋ ਸਾਡੇ ਕੋਲ ਇੱਥੇ ਕੋਮਨ ਆ ਗਿਆ ਚਾਰ ਐਕਸ ਮਾਈਨਸ ਇੱਕ, ਇਹ ਕੋਮਨ ਆ ਗਿਆ ਅਤੇ ਇਹ ਕੀ ਰਹਿ ਗਿਆ ਚਾਰ ਐਕਸ ਮਾਈਨਸ ਇੱਕ ਬਰਾਬਰ ਜ਼ੀਰੋ ਦੇ, ਇਹਦੇ ਰੂਟ ਦੋਨੇ ਬਰਾਬਰ ਆ ਜਾਣੇ ਆ, ਹੈ ਨਾ। ਦੇਖੋ ਚਾਰ ਐਕਸ ਮਾਈਨਸ ਇੱਕ ਬਰਾਬਰ ਜ਼ੀਰੋ, ਚਾਰ ਐਕਸ ਮਾਈਨਸ ਇੱਕ ਬਰਾਬਰ ਜ਼ੀਰੋ ਦੇ, ਚਾਰ ਐਕਸ ਬਰਾਬਰ ਇੱਕ ਦੇ, ਚਾਰ ਐਕਸ ਬਰਾਬਰ ਇੱਕ ਦੇ, ਦੋਨੇ ਮੂਲ ਬਰਾਬਰ ਆਉਂਦੇ ਪਏ ਇਹਦੇ, ਠੀਕ ਹੈ। ਐਕਸ ਬਰਾਬਰ ਇੱਕ ਵਟਾ ਚਾਰ, ਐਕਸ ਬਰਾਬਰ ਇੱਕ ਵਟਾ ਚਾਰ, ਐਕਸ ਦੀ ਵੈਲਿਊ ਇੱਕ ਵਟਾ ਚਾਰ ਅਤੇ ਇੱਕ ਵਟਾ ਚਾਰ, ਠੀਕ ਹੈ। ਹੁਣ ਅਸੀਂ ਕਰ ਲੈਂਦੇ ਪੰਜਵਾਂ ਭਾਗ ਇਹਦਾ, ਹੰਡਰਡ ਐਕਸ ਸਕੇਅਰ ਮਾਈਨਸ ਵੀ ਐਕਸ ਪਲੱਸ ਇੱਕ ਬਰਾਬਰ ਜ਼ੀਰੋ, ਇਹ ਸਾਡਾ ਪੰਜਵਾਂ ਪਾਰਟ ਹੈ। ਇਹਦੇ ਵਿੱਚ ਐਕਸ ਦਾ ਕੋਫੀਸ਼ੀਐਂਟ ਜਿਹੜਾ, ਐਕਸ ਦਾ ਗੁਣਾਂਕ ਸੌ ਹੈ, ਇਹਨੂੰ ਗੁਣਾ ਕਰਨੀ ਇੱਕ ਨਾਲ, ਸੌ ਏਕਮ ਸੌ, ਠੀਕ ਹੈ। ਹੁਣ ਇਹਦੇ ਅਸੀਂ ਭਾਜ ਗੁਣਨਖੰਡ ਬਣਾ ਲਈਏ ਸੌ ਦੇ, ਪੰਜ ਪੰਜ ਪੱਚੀ ਦੁਣਾ ਪੰਜਾਹ ਦੁਣਾ ਸੌ, ਠੀਕ ਹੈ। ਇਹ ਤੁਸੀਂ ਬਣਾ ਕੇ ਦੇਖ ਲਿਓ, ਇੱਥੇ ਸੌ ਹੈ ਨਾ, ਇਹਨੂੰ ਪਹਿਲਾਂ ਪੰਜ ਨਾ ਕਰ ਲਓ, ਪੰਜ ਦੁਣੀ ਦਸ ਵੀਹ, ਪੰਜ ਚੌਕੇ ਵੀਹ, ਦੋ ਦੁਣੀ ਚਾਰ, ਦੋ ਏਕਮ ਦੋ, ਠੀਕ ਹੈ। ਅੱਛਾ ਹੁਣ ਅਸੀਂ ਇਹਨੂੰ ਇੱਦਾਂ ਦਾ ਇਹਦਾ ਇੱਥੇ ਬਣਾਉਣਾ ਕੰਮ ਕਿ ਸਾਨੂੰ ਪਲੱਸ ਜਾਂ ਮਾਈਨਸ ਕਰਕੇ ਵੀਹ ਆ ਜਾਏ ਮਾਈਨਸ ਦੇ, ਅਤੇ ਗੁਣਾ ਕਰਕੇ ਸੌ ਆਏਗਾ। ਹੁਣ ਦੇਖੋ ਜੇ ਪੰਜ ਦੂਣੀ ਦਸ ਅਤੇ ਪੰਜ ਦੂਣੀ ਦਸ, ਦਸ ਗੁਣਾ ਦਸ ਕਰੀਏ ਤਾਂ ਵੀਹ, ਦਸ ਦਸ ਗੁਣਾ ਦਸ ਸੌ ਆ, ਦਸ ਅਤੇ ਦਸ ਨੂੰ ਜੋੜ ਦਈਏ ਤਾਂ ਵੀਹ ਆ ਜਾਂਦੇ ਆ, ਹੈ ਨਾ। ਇਹਦਾ ਮਤਲਬ ਅਸੀਂ ਮਾਈਨਸ ਦੇ ਦਸ ਐਕਸ ਲਵਾਂਗੇ, ਮਾਈਨਸ ਦੇ ਦਸ ਐਕਸ ਲਵਾਂ, ਠੀਕ। ਸੌ ਐਕਸ ਸਕੇਅਰ ਮਾਈਨਸ ਦਸ ਐਕਸ ਮਾਈਨਸ ਦਸ ਐਕਸ, ਆਪੇ ਵੀਹ ਐਕਸ ਹੋ ਗਿਆ ਨਾ ਮਾਈਨਸ ਦੇ, ਪਲੱਸ ਇੱਕ ਬਰਾਬਰ ਜ਼ੀਰੋ ਦੇ, ਇਹਨਾਂ ਦੋਵਾਂ 'ਚ ਕੋਮਨ ਆ ਗਿਆ ਦਸ ਐਕਸ, ਇੱਥੇ ਰਹਿ ਗਏ ਦਸ, ਕਿਉਂਕਿ ਦਸ ਦਾ ਇਹ ਸੌ ਹੁੰਦੇ ਆ, ਟੈਨ ਟੈਨਸ ਆਰ ਹੰਡਰਡ, ਦਸ ਦੇ ਨਾਲ ਐਕਸ ਰਹਿ ਗਿਆ, ਇੱਕ ਐਕਸ ਬਾਹਰ ਆ ਗਿਆ, ਇੱਥੋਂ ਦਸ ਐਕਸ ਅਤੇ ਦਸ ਐਕਸ ਕੋਮਨ ਚਲ ਗਏ, ਇੱਥੇ ਸਾਡੇ ਕੋਲ ਇੱਕ ਬਚਣਾ, ਕਿਉਂਕਿ ਅਸੀਂ ਜਿਹੜਾ ਕੋਮਨ ਕੱਢਦੇ ਹਾਂ ਉਹ ਮਲਟੀਪਲਾਈ ਹੋਇਆ ਫੈਕਟਰ ਅਸੀਂ ਬਾਹਰ ਕੱਢਦੇ ਹਾਂ ਨਾ, ਜਦੋਂ ਅਸੀਂ ਦਸ ਐਕਸ ਹੀ ਬਾਹਰ ਲੈ ਲਿਆ ਇਹਦਾ ਮਤਲਬ ਇਹ ਨਹੀਂ ਹੈ ਕਿ ਉੱਥੇ ਜ਼ੀਰੋ ਬਚਣਾ, ਦਸ ਐਕਸ ਹੀ ਅਸੀਂ ਬਾਹਰ ਲਿਆਵਾਂਗੇ ਇਹਦਾ ਮਤਲਬ ਦਸ ਐਕਸ ਨੂੰ ਇੱਕ ਨਾਲ ਗੁਣਾ ਹੋਈ ਵਾ, ਇਹ ਬਾਹਰ ਚਲਾ ਗਿਆ, ਇੱਕ ਇੱਥੇ ਰਹਿ ਗਿਆ, ਠੀਕ ਹੈ। ਅੱਗੇ ਮਾਈਨਸ ਦਸ ਐਕਸ ਪਲੱਸ ਇੱਕ ਆ, ਇਹਨਾਂ 'ਚ ਕੁਛ ਵੀ ਕੋਮਨ ਨਹੀਂ ਹੈ ਤਾਂ ਅਸੀਂ ਇੱਕ ਕੋਮਨ ਲਵਾਂਗੇ, ਇੱਥੇ ਦਸ ਐਕਸ ਕਿਉਂਕਿ ਮਾਈਨਸ ਬਾਹਰ ਆ ਗਈ ਇਸ ਕਰਕੇ ਇਹ ਮਾਈਨਸ ਹੋ ਜਾਣਾ ਬਰਾਬਰ ਜ਼ੀਰੋ ਦੇ, ਇਹ ਹੋ ਗਿਆ ਦਸ ਐਕਸ ਮਾਈਨਸ ਇੱਕ ਕੋਮਨ ਆ ਗਿਆ, ਇੱਥੇ ਕੀ ਬਚ ਗਿਆ ਦਸ ਐਕਸ ਮਾਈਨਸ ਇੱਕ ਬਰਾਬਰ ਜ਼ੀਰੋ ਦੇ। ਹੁਣ ਦਸ ਐਕਸ ਮਾਈਨਸ ਇੱਕ ਬਰਾਬਰ ਜ਼ੀਰੋ, ਦਸ ਐਕਸ ਮਾਈਨਸ ਇੱਕ ਬਰਾਬਰ ਜ਼ੀਰੋ, ਇਹਦੇ ਵੀ ਜਿਹੜੇ ਰੂਟਸ ਹੈਗੇ ਉਹ ਇਕੁਅਲ ਆਉਂਦੇ ਪਏ ਆ, ਦਸ ਐਕਸ ਬਰਾਬਰ ਇੱਕ ਦੇ, ਐਕਸ ਬਰਾਬਰ ਇੱਕ ਵਟਾ ਦਸ ਦੇ, ਇੱਥੇ ਵੀ ਦਸ ਐਕਸ ਬਰਾਬਰ ਇੱਕ ਦੇ, ਐਕਸ ਬਰਾਬਰ ਇੱਕ ਵਟਾ ਦਸ, ਐਕਸ ਦੀ ਵੈਲਿਊ ਆ ਗਈ ਜਿਹੜੇ ਸਾਡੇ ਮੂਲ ਆ ਗਏ ਇੱਕ ਵਟਾ ਦਸ ਅਤੇ ਇੱਕ ਵਟਾ ਦਸ। ਸੋ ਸਾਡਾ ਜਿਹੜਾ ਫਸਟ ਕੁਸ਼ਚਨ ਹੈ ਇਹ ਕੰਪਲੀਟ ਹੋ ਗਿਆ, ਨੈਕਸਟ ਕੁਸ਼ਚਨ ਅਸੀਂ ਅਗਲੀ ਵੀਡੀਓ 'ਚ ਕਰਾਂਗੇ। ਬਾਏ ਬਾਏ।